ਸਰ 1:30 ਦਾ ਟਾਈਮ ਸੀ ਅਤੇ ਬੰਦੇ ਆਏ ਨੇ ਬਾਹਰ ਦਾ ਬੂਹਾ ਉਹਨਾਂ ਪਹਿਲਾਂ ਤਰੋੜਿਆ, ਠੀਕ ਹੈ, ਬਾਹਰ ਦਾ ਬੂਹਾ ਤਰੋੜ ਕੇ ਅਤੇ ਅੰਦਰ ਦੇ ਬੂਹੇ ਨੂੰ ਉਹਨਾਂ ਮਤਲਬ ਇੱਟਾਂ ਮਾਰਨ ਦੇ ਅਤੇ ਅਸੀਂ ਅੰਜ ਧੱਕਾ ਲਾਇਆ ਅੰਦਰੋਂ, ਉਹਨਾਂ ਅੰਜ ਫਾਇਰ ਮਾਰਿਆ ਸਿੱਧਾ ਮੇਰੇ ਬੱਚੇ ਦੇ ਇਹ ਜਗ੍ਹਾ ਤੋਂ ਫਾਇਰ ਲੰਘ ਕੇ, ਠੀਕ ਹੈ, ਅੱਗੇ ਦੀਵਾਰ ਨੂੰ ਵੱਜਾ, ਠੀਕ ਹੈ, ਜਾਂਦਿਆਂ ਸਾਰ ਉਹਨਾਂ ਇੱਥੇ ਪਿਸਟਲ ਰੱਖ ਦਿੱਤੇ ਨੇ ਸਾਨੂੰ, ਕਹਿੰਦੇ ਹਨ ਜਿੰਨਾ ਮਾਲ ਦਿਓ, ਠੀਕ ਹੈ, ਪੈਸੇ ਦਿਓ, ਪੈਸੇ ਕਿੱਥੇ ਨੇ, ਠੀਕ ਹੈ। ਅਸਾਂ ਸਰ ਗੱਲ ਇਹ ਵੇ ਕਿ ਉਹਨਾਂ ਨੂੰ 35,000 ਰੁਪਈਆ ਮੇਰੇ ਕੋਲ ਨਗਦ ਸੀ, ਗਾਂ ਵਿੱਚ ਹੀ ਸੀ, ਮਾੜਾ ਬੰਦਾ ਸਾਂ, ਠੀਕ ਹੈ, ਗਾਂ ਵਿੱਚ ਹੀ ਸੀ, ਇੱਟਾਂ ਪਾਉਣ ਵਾਲੇ ਬੰਦੇ ਹਾਂ, ਅਤੇ ਉਹ ਨਾ 35,000 ਰੁਪਈਆ ਸਰ ਨਗਦ ਸਾਡੇ ਕੋਲ ਲੈ ਗਏ ਨੇ, ਠੀਕ ਹੈ। ਮੇਰੀ ਬੇਗਮ ਵਾਲੇ ਬੱਚੀ ਬੱਚਾ ਹੋਣ ਵਾਲਾ, ਉਹਨੂੰ ਵੀ ਬੜਾ ਮਾਰਿਆ ਉਹਨਾਂ, ਠੀਕ ਹੈ। ਗੱਲ ਇਹ ਵੇ ਕਿ ਬੀਬੀ ਨੂੰ ਕਹਿੰਦਾ ਪੈਸੇ ਕੱਢੋ ਕਿੱਥੇ ਨੇ, ਪੈਸੇ ਕੱਢੋ ਕਿੱਥੇ ਨੇ। ਸਰ ਛੇਤੀ ਤੋਂ ਛੇਤੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਹ ਇਮਰਾਨ ਖਾਨ ਦੀ ਹਕੂਮਤ ਹੈ ਸਰ, ਇਹਦੇ ਭੱਠਾ ਜਿਹੜਾ ਬਾਹਰ ਦਾ ਦਰਵਾਜ਼ਾ ਵੀ ਟੁੱਟਿਆ ਅਤੇ ਅੰਦਰ ਦਾ ਵੀ ਟੁੱਟਾ ਹੈ। ਸਾਰੇ ਜਾਸਤੀ ਬਹੁਤ ਮਾੜੇ ਬੰਦੇ ਆ। ਸਰ ਤਕਰੀਬਨ ਰਾਤ 1:30 ਵਜੇ ਦਾ ਟਾਈਮ ਸੀ, ਅਸੀਂ ਭੱਠਾ ਮਜ਼ਦੂਰ ਹਾਂ ਸਾਰੇ ਬੰਦੇ, ਠੀਕ ਹੈ। ਥੋੜ੍ਹੀ ਥੋੜ੍ਹੀ ਜਮ੍ਹਾਂ ਕੁੰਜੀ ਕਰਕੇ ਅਤੇ ਅਸਾਂ ਆਪਣਾ ਕੀ ਨਾਂ ਲਈ ਦਾ ਸਮਾਨ ਬਣਾਇਆ ਸੀ, ਕੋਈ ਬੱਚਿਆਂ ਦਾ ਆਪਣਾ ਜ਼ੇਵਰ ਵਗੈਰਾ ਵੀ, ਠੀਕ ਹੈ। ਅਤੇ ਲਿਹਾਜ਼ਾ ਇਹ ਆ ਕਿ ਉਹਨਾਂ ਨੇ ਆ ਕੇ ਸਾਨੂੰ ਯਾਰ ਮਾਲ ਬਣਾਇਆ ਇੱਥੇ ਅਸਲੇ ਦੇ ਜ਼ੋਰ 'ਤੇ, ਅਤੇ ਕੋਈ ਬੀਬੀਆਂ ਨਾਲ ਵੀ ਉਹਨਾਂ ਤਸ਼ੱਦਦ ਕੀਤਾ, ਮਾਰਿਆ ਕੁੱਟਿਆ, ਠੀਕ ਹੈ। ਤਕਰੀਬਨ ਕੋਈ 8 ਤੋਂ 10 ਲੱਖ ਰੁਪਇਆ ਜਿਹੜਾ ਇਹਨਾਂ ਉਹ ਸਾਡਾ ਲੈ ਗਏ ਨੇ, ਅਤੇ 6 ਤੋਂ 8 ਘਰ ਸਨ ਜਿਨ੍ਹਾਂ ਦੇ ਵਿੱਚੋਂ 6 ਘਰਾਂ ਦੀ ਉਹਨਾਂ ਨੇ ਮਤਲਬ ਕਿ ਡਕੈਟੀ ਕੀਤੀ, ਚੋਰੀ ਜੋ ਵਗੈਰਾ। ਅਤੇ ਰਾਤੀ ਅਸੀਂ ਕੀ ਨਾਂ ਲਈਦਾ ਪੁਲਿਸ ਨੂੰ ਵੀ ਫੋਨ ਕੀਤਾ ਸੀ, ਉਹ ਤਕਰੀਬਨ ਪੁਲਿਸ ਵੀ ਆਈ ਸੀ, ਅਤੇ ਇੱਥੇ ਇੱਕ ਨਾਇਕ ਸੂਬੇਦਾਰ ਲਟਾਏ ਰਹੇ, ਉਹ ਸਰ ਉਹਨੂੰ ਵੀ ਗੋਲੀ ਮਾਰ ਕੇ ਹਲਾਕ ਕਰ ਗਏ ਨੇ, ਠੀਕ ਹੈ। ਅਤੇ ਸਾਡੀ ਆਪਣਾ ਇੰਤਜ਼ਾਮੀਆ ਅੱਗੇ ਅਪੀਲ ਹੈ ਕਿ ਉਹ ਸਾਡੇ ਨਾਲ ਤਾਵਨ ਕਰੇ ਔਰ ਸਾਡੀ ਜਿਹੜੀ ਇਹ ਆਵਾਜ਼ ਹੈ ਸਰਕਾਰੀ ਨੁਮਾਇੰਦਿਆਂ ਤੱਕ ਪਹੁੰਚਾਏ।